क्योंकि आत्मक इंसान जरा वा वो आत्मक गलां नूं फड़दा है अज मेरी वारी है अज मैं मीटिंग ते जाना वा अज बुधवार दी संगती है मैं जाके खुल के दुआ करनी है मैं यीशु मसीह दे अगे अपने आप नूं झुकाउणा है ते कहणा वा यीशु मसीह अज मेरे लई बोलिया जावे ये आखेगा आत्मक जन आत्मक जन जिहड़ा वा वो आत्मा दी गल्लां ते आओ मेरे नाल थोड़ा जिहा गलातियां विच चलदे आ इत्थे थोड़ा जिहा ठहर जांदे आ प्रभु दा आत्मा जो गलातियां हां जी ਇਹ ਆ ਸੋਣਾ ਹੈ ਪੜ੍ਹੀਏ ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆ ਨਾ ਕਰੋਗੇ ਕਿਹੜੇ ਵਿਸ਼ਿਆਂ ਨੂੰ ਹੁਣ ਸਰੀਰ ਦੇ ਵਿਸ਼ੇ ਕਿਹੜੇ ਸਰੀਰ ਦੇ ਵਿਸ਼ੇ ਇਹ ਵਾ ਵੀ ਸਰੀਰ ਦੇ ਵਿਸ਼ੇ ਇਹ ਵਾ ਕਦੇ ਕਿਸੇ ਨਾਲ ਲੜ ਲਿਆ ਘਰ ਵਿੱਚ ਕਿਸੇ ਨਾਲ ਇਹਦੇ ਨਾਲ ਝਗੜ ਲਿਆ ਕਦੇ ਇਹ ਐਸ ਨਾਲ ਮੂੰਹ ਵੱਟ ਲਿਆ ਇਹ ਕਦੇ ਕਦੇ ਸਰੀਰ ਦੇ ਵਿਸ਼ੇ ਜਿਹੜੇ ਆ ਗਲਤ ਵੀ ਹੈਗੇ ਨੇ ਕੁਛ ਸਰੀਰ ਦੇ ਵਿਸ਼ੇ ਜਿਹੜੇ ਆ ਕੁਛ ਗਲਤ ਵੀ ਆ ਹੈ ਕਿ ਜਾਂ ਨਹੀਂ ਸਰੀਰ ਦੇ ਵਿਸ਼ੇ ਕੀ ਆ ਅੱਗੇ ਚੱਲਦੇ ਆ ਦੱਸ ਦੇਵੇਗਾ ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ ਸਰੀਰ ਆਤਮਾ ਦੇ ਵਿਰੁੱਧ ਤੇ ਆਤਮਾ ਸਰੀਰ ਦੇ ਵਿਰੋਧ ਲੋਚ ਸਰੀਰ ਕੀ ਚਾਹੁੰਦਾ ਆ ਸਰੀਰ ਕਹਿੰਦਾ ਵੇਖ ਕਿੰਨੀ ਸੁੰਦਰਤਾ ਆ ਇੱਧਰ ਵੇਖੋ ਕਿੰਨੀ ਸੁੰਦਰਤਾ ਆ ਜਿਸ ਤਰ੍ਹਾਂ ਸਰੀਰ ਦੇ ਵਿੱਚ ਬਾਰੇ ਕਹਿੰਦੇ ਹੈ ਨਾ ਯਿਸੂ ਮਸੀਹ ਕਹਿੰਦਾ ਆ ਵੀ ਜਿਹੜੀ ਐਤ ਅਸੀਂ ਪਿਛਲੇ ਐਤਵਾਰ ਸੰਗਤੀ ਵਿੱਚ ਵੇਖੀ ਸੀਗੇ ਯਹੂਨਾ ਦੀ ਅੰਜੀਲ 6 ਪਾਠ ਦੇ ਵਿੱਚੋਂ ਉਹ ਵੇਖਿਆ ਸੀ ਵੀ ਜੀਵ ਦਾਤਾ ਦਾ ਆਤਮਾ ਵਾ ਤੇ ਸਰੀਰ ਤੋਂ ਕੁਛ ਵੀ ਲਾਭ ਨਹੀਂ ਕਿਉਂਕਿ ਸਰੀਰ ਕੀ ਚਾਹੁੰਦਾ ਆ ਸਰੀਰ ਕੀ ਪਤੀ ਚਾਹੁੰਦਾ ਆ ਸਰੀਰ ਕੀ ਜਿਹੜਾ ਹਰਾਮਕਾਰੀ ਚਾਹੁੰਦਾ ਆ ਸਰੀਰ ਗਾਲਾਂ ਕੱਢਣਾ ਚਾਹੁੰਦਾ ਆ ਸਰੀਰ ਬਦੀ ਨੂੰ ਬੜਾ ਪਸੰਦ ਕਰਦਾ ਆ ਸਰੀਰਕ ਹਰਾਮਕਾਰੀ ਨੂੰ ਬੜਾ ਸੈੱਟ ਹੁੰਦਾ ਹੈ ਪਰ ਇੱਥੇ ਲਿਖਿਆ ਆਤਮਾ ਸਰੀਰ ਦੇ ਵਿਰੁੱਧ ਤੇ ਸਰੀਰ ਆਤਮਾ ਦੇ ਵਿਰੁੱਧ ਹੁਣ ਸਰੀਰ ਕਹਿੰਦਾ ਮੇਰਾ ਕੰਮ ਬਣ ਜੇ ਆਤਮਾ ਕਹਿੰਦਾ ਮੇਰਾ ਕੰਮ ਬਣ ਜਾਵੇ ਤਾਂ ਕੰਮ ਕਿਹਦਾ ਬਣੂਗਾ ਕੰਮ ਬਣੂਗਾ ਉਹਦਾ ਜਿਹਨੂੰ ਜ਼ਿਆਦਾ ਘਿਓ ਚਾਰ ਦਿੱਤਾ ਜਾਏਗਾ ਆਮੇਨ ਹੁਣ ਜ਼ਿਆਦਾ ਘਿਓ ਕੌਣ ਮੰਗਦਾ ਦੇਖੋ ਜ਼ਿਆਦਾ ਘਿਓ ਕੀ ਆ ਜੇ ਤੁਸੀਂ ਬਾਹਰ ਨੂੰ ਜ਼ਿਆਦਾ ਘਿਓ ਚਾਰ ਦੋਗੇ ਤੇ ਇਹਨੇ ਕੀ ਹੋ ਜਾਣਾ ਅੰਦਰਲੇ ਨੂੰ ਢਾ ਲੈਣਾ ਇਹਨੇ ਕਿਉਂਕਿ ਇਹਨਾਂ ਦਾ ਘੋਲ ਚੱਲਣ ਡਿਆ ਹੁੰਦਾ ਦੋ ਜਣੇ ਘੁਲਣ ਡੇ ਹੁੰਦੇ ਆ ਕਿਉਂਕਿ ਬਾਹਰਲਾ ਕਹਿੰਦਾ ਸੌ ਜਾ ਆਰਾਮ ਨਾਲ ਅੰਦਰਲਾ ਕਹਿੰਦਾ ਬੰਦਗੀ ਤੇ ਜਾਣਾ ਆ ਆਮੀਨ ਬਾਹਰਲਾ ਕਹਿੰਦਾ ਆਰਾਮ ਕਰ ਕਿੱਥੇ ਅਲੀ ਵਾਲੋ ਭੋਗੇ ਆ ਗਿਆ ਵਾ ਰੈਸਟ ਕਰ ਲੈ ਥੱਕਿਆ ਹੋਇਆ ਵਾ ਪਰ ਅੰਦਰਲਾ ਕਹਿੰਦਾ ਚੁੱਪ ਕਰ ਜਾ ਚੁੱਪ ਮੀਟਿੰਗ ਤੇ ਜਾਣਾ ਆ ਯਿਸੂ ਮਸੀਹ ਦੇ ਹਜ਼ੂਰ ਜਾਣਾ ਆ ਕਿਉਂਕਿ ਅਸੀਂ ਮੈਨੂੰ ਤਗੜਾ ਕਰਨਾ ਆ ਆਮੀਨ ਤੇ ਜਿਹਨੂੰ ਜ਼ਿਆਦਾ ਤਾਕਤ ਮਿਲ ਗਈ ਉਹਨੇ ਦੂਸਰੇ ਨੂੰ ਢਾ ਲੈਣਾ ਢਾਲੇਗਾ ਕਿ ਜਾਂਦੇ ਫਿਰ ਬਾਹਰਲਾ ਜਿਹੜਾ ਵਾ ਇਹ ਢੱਟ ਜਾਣਾ ਤੇ ਜੇ ਅੰਦਰ ਬਾਹਰਲੇ ਨੇ ਘਿਰਨਾ ਬਾਹਰਲੇ ਨੇ ਵੱਤਰ ਪਾ ਜਾਣਾ ਉਹ ਵੇਖ ਸਾਰਾ ਦਿਨ ਕੰਮ ਕੀਤਾ ਉਹ ਦੁਪਹਿਰੇ ਵੀ ਮੀਟਿੰਗ ਵੇਖੀ ਉਹ ਰੋਜ਼ਾ ਰੱਖਿਆ ਪ੍ਰਾਰਥਨਾ ਕੀਤੀ ਥਕਾਵਟ ਹੋ ਗਈ ਹੁਣ ਸੌ ਜਾਇਆ ਜਾਵੇ ਤਾਂ ਚੰਗੀ ਗੱਲ ਆ ਨਾ ਸਲਾਹ ਦਿੰਦਾ ਆ ਪਰ ਵੇਖੋ ਹੁਣ ਤੁਹਾਡੀ ਮਰਜ਼ੀ ਆ ਕਿਹਨੂੰ ਤਕੜਿਆ ਕਰ